ਏਕੋਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਆਪ ਸਾਰੇ ਹੀ ਬੜੇ ਭਾਗਾਂ ਵਾਲੇ ਹੋ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿਫਤ ਸਲਾਹ ਕਰਨ ਵਾਸਤੇ ਗੁਰੂ ਦੀ ਸ਼ਰਨ ਦੇ ਵਿੱਚ ਬੈਠੇ ਹੋਏ ਹੋ। ਗੁਰੂ ਪਿਆਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੁਰਤੀਆਂ ਜੋੜ ਕੇ ਆਪਣੇ ਮਨ ਤਨ ਨੂੰ ਸਮਰਪਣ ਕਰਕੇ ਗੁਰੂ ਤੋਂ ਖੁਸ਼ੀਆਂ ਲੈਣ ਆਏ ਹੋ, ਬੜੇ ਭਾਗਾਂ ਵਾਲੇ ਹੋ। ਸਤਸੰਗ ਜੀ, ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋ ਅੱਜ ਸਮਾਗਮ ਅਸੀਂ ਕਰ ਰਹੇ ਹਾਂ, ਇਹ ਪ੍ਰਕਾਸ਼ ਦਿਵਸ ਦਾ ਸਤ ਸੰਗਤਾਂ ਦੇ ਉੱਤੇ ਕੀ ਅਸਰ ਪਵੇਗਾ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਵਿਚਾਰਾਂ ਸਰਵਣ ਕਰਾਂਗੇ, ਜਦੋਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ ਯਾਦ ਕਰਾਂਗੇ, ਜਦੋਂ ਅਸੀਂ ਉਸ ਮਹਾਨ ਹਸਤੀ ਦੀ ਵਿਲੱਖਣ ਸ਼ੈਲੀ ਜੋ ਹੈ, ਵਿਲੱਖਣ ਪ੍ਰਤਿਭਾ ਜੋ ਹੈ, ਵਿਲੱਖਣ ਆਤਮਿਕ ਅਧਿਆਤਮਿਕ ਰੋਸ਼ਨੀ ਹੈ, ਉਸ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਜਾਂ ਗੁਰੂ ਸਾਹਿਬ ਦੇ ਜੀਵਨ ਪੂਰਨਿਆਂ ਦੁਆਰਾ ਜਾਂ ਗੁਰੂ ਸਾਹਿਬ ਦੀ ਜੀਵਨ ਤੋਂ ਅਸੀਂ ਜਦੋਂ ਸੇਧ ਲਵਾਂਗੇ ਤਾਂ ਉਦੋਂ ਸਾਡੇ ਜੀਵਨ ਦੇ ਉੱਤੇ ਇੱਕ ਐਸਾ ਅਸਰ ਪਵੇਗਾ ਕਿ ਸਾਡੇ ਮਨ ਤਨ ਨੂੰ ਗਿਆਨ ਪ੍ਰਕਾਸ਼ ਪ੍ਰਗਟ ਹੋ ਜਾਵੇਗਾ। ਇਸ ਕਰਕੇ ਅਸੀਂ ਸਾਰੇ ਹੀ ਭਾਗਾਂ ਵਾਲੇ ਹਾਂ ਕਿ ਅੱਜ ਸਾਨੂੰ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਦੇ ਜੀਵਨ ਦਾ, ਸਤਿਗੁਰੂ ਦੇ ਪ੍ਰਕਾਸ਼ ਦਾ, ਸਤਿਗੁਰੂ ਦੀ ਬਾਣੀ ਦਾ, ਸਤਿਗੁਰੂ ਦੀ ਕਿਰਿਆ ਕਰਮ ਦਾ, ਜੀਵਨ ਸ਼ੈਲੀ ਦਾ ਜੋ ਪ੍ਰਭਾਵ ਸਾਡੇ ਉੱਤੇ ਪਏਗਾ ਉਹ ਸਾਨੂੰ ਦੂਰਗਾਮੀ ਪਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਲੈ ਕੇ ਜਾਣ ਵਾਲਾ ਹੈ। ਤੋ ਸਾਧ ਸੰਗਤ ਜੀ, ਆਓ ਆਪਾਂ ਵਿਚਾਰ ਕਰਦੇ ਹਾਂ ਕਿ ਅਸੀਂ ਸਾਧ ਸੰਗਤਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਸੀ ਉਹ ਮਨਾਇਆ ਹੈ। ਤੋ ਵਿਚਾਰ ਕਰਦੇ ਹਾਂ ਕਿ ਪ੍ਰਕਾਸ਼ ਉਤਸਵ ਹੀ ਕਿਉਂ ਕਿਹਾ ਜਾਂਦਾ ਹੈ ਜਾਂ ਪ੍ਰਕਾਸ਼ ਦਿਵਸ ਕਿਉਂ ਕਿਹਾ ਜਾਂਦਾ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ 'ਤੇ। ਇਸ ਸੰਸਾਰ ਦੇ ਉੱਤੇ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਵੱਲੋਂ ਭੇਜੇ ਹੋਏ ਸਤਿਗੁਰੂ ਸਰੂਪ ਇਸ ਸੰਸਾਰ ਦੇ ਵਿੱਚ ਆਏ ਅਤੇ ਉਦੋਂ ਦੀ ਅਵਸਥਾ ਨੂੰ ਭਾਈ ਗੁਰਦਾਸ ਜੀ ਨੇ ਪ੍ਰਗਟ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜੋ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।
ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਜਿੱਥੇ ਸੰਸਾਰ ਦੇ ਵਿੱਚ ਇੱਕ ਪ੍ਰਕਾਸ਼ ਦਿੱਤਾ, ਆਤਮਿਕ ਰੋਸ਼ਨੀ ਦਿੱਤੀ ਔਰ ਪਰਮਾਤਮਾ ਦੀ ਜੋਤ ਸਰੂਪ ਜੋਤ ਦੇ ਦਰਸਦਾਰੇ ਵੀ ਸਾਨੂੰ ਬਖਸ਼ੇ, ਅਸੀਂ ਸੰਸਾਰ ਦੇ ਲੋਕ ਜਿਹੜੇ ਸੀ ਸਿੱਖ ਧਰਮ ਦੇ ਰੂਪ ਵਿੱਚ ਪ੍ਰਗਟ ਹੋ ਕੇ ਨਿਹਾਲ ਹੋ ਗਏ, ਨਿਹਾਲ ਹੋ ਗਏ, ਨਿਹਾਲ ਹੋ ਗਏ। ਉਹ ਸਾਧ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਭਾਈ ਗੁਰਦਾਸ ਜੀ ਕਹਿੰਦੇ ਆ ਕਿ ਸਤਿਗੁਰ ਨਾਨਕ ਪ੍ਰਗਟਿਆ, ਭਾਵ ਪ੍ਰਕਾਸ਼ਿਤ ਹੋਇਆ, ਪ੍ਰਗਟ ਹੋਇਆ। ਬਲਕਿ ਗੁਰੂ ਸਾਹਿਬ ਸੰਸਾਰ ਦੇ ਉੱਤੇ ਆਏ ਅਤੇ ਅਸੀਂ ਇਹ ਕਦੇ ਨਹੀਂ ਕਹਿੰਦੇ ਕਿ ਗੁਰੂ ਸਾਹਿਬ ਦਾ ਜਨਮ ਹੋਇਆ। ਬਹੁਤ ਅਗਿਆਨਤਾ ਵਸ ਲੋਕ ਬਹੁਤ ਇਹ ਗੱਲ ਕਰਦੇ ਹੈ, ਜਦੋਂ ਵਿਚਾਰਕ, ਕਈ ਵਿਚਾਰਕ ਵੀ ਇਸ ਤਰ੍ਹਾਂ ਦਾ ਵਿਚਾਰ ਕਹਿ ਜਾਂਦੇ ਹੈ ਕਿ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ, ਕਿਉਂਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਵੱਲੋਂ ਬਖਸ਼ੇ ਹੋਏ ਸਤਿਗੁਰੂ ਸਰੂਪ ਸੀ। ਇਸ ਕਰਕੇ ਸਤਿਗੁਰੂ ਸਰੂਪ ਜਿਹੜਾ ਹੁੰਦਾ ਹੈ ਨਾ, ਉਹ ਪਰਮਾਤਮਾ ਦਾ ਹੀ ਸੰਸਾਰ ਦੇ ਵਿੱਚ ਆਇਆ ਹੋਇਆ ਸਰੂਪ ਹੁੰਦਾ ਹੈ। ਜਦੋਂ ਪਰਮਾਤਮਾ ਆਪਣੇ ਆਪ ਨੂੰ ਕਿਸੇ ਵੀ ਸ਼ੁੱਧ ਆਤਮਾ ਦੇ ਵਿੱਚ ਸੰਯੁਕਤ ਕਰਕੇ ਇਸ ਸੰਸਾਰ ਦੇ ਉੱਤੇ ਭੇਜਦਾ ਹੈ, ਉਦੋਂ ਉਹ ਪਰਮ ਪਿਤਾ ਪਰਮਾਤਮਾ ਸਤਿਗੁਰੂ ਦਾ ਸਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਅਤੇ ਇਸ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਹੀ ਸਤਿਗੁਰੂ ਪਰਮਾਤਮਾ ਵੱਲੋਂ ਸਥਾਪਿਤ ਕੀਤੇ ਗਏ। ਤੋ ਸਾਧ ਜੀ, ਇਹ 10 ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕਰ 10 ਗੁਰੂ ਸਾਹਿਬਾਨ ਸਾਰੇ ਹੀ ਗੁਰੂ ਨਾਨਕ ਜੋਤ ਸੀ, ਔਰ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਸਤਿਗੁਰੂ ਦੀ ਪਦਵੀ ਮਿਲੀ ਹੈ, ਨੰਦੇੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਤਿਗੁਰੂ ਸਰੂਪ ਹੁੰਦਿਆਂ ਹੋਇਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਿਕਰਮਾ ਕਰਕੇ ਨਤਮਸਤਕ ਹੋ ਕੇ ਨਰੇਲ ਔਰ ਪੰਜ ਪੈਸੇ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਗੁਰੂ ਪਦਵੀ ਬਖਸ਼ੀ ਔਰ ਅੱਗੇ ਤੋਂ ਇਹ ਵਰਜਿਤ ਕਰ ਦਿੱਤਾ ਕਿ ਕੋਈ ਵੀ ਦੇਹ ਗੁਰੂ ਨਹੀਂ ਹੋਵੇਗੀ। ਅਤੇ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਹੁਣ ਅੱਗੇ ਤੋਂ ਸ਼ਬਦ ਗੁਰੂ ਜਿਹੜਾ ਹੈ ਉਹ ਚਲਾਏ ਮਾਣ ਹੋਵੇਗਾ। ਔਰ ਗੁਰੂ ਸਾਹਿਬ ਨੇ ਆਗਿਆ, ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਬਖਸ਼ਿਸ਼ ਕਰ ਦਿੱਤੀ ਕਿ ਅੱਜ ਤੋਂ ਬਾਅਦ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਤੋ ਸਾਧ ਜੀ, ਇਸ ਤਰ੍ਹਾਂ ਦੇ ਨਾਲ ਅਸੀਂ ਜਦੋਂ ਗੁਰੂ ਨਾਨਕ ਦੀ ਗੁਰਬਾਣੀ ਨੂੰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਵਿਚਾਰਦੇ ਹਾਂ ਨਾ, ਅਤੇ ਉਦੋਂ ਸਾਨੂੰ ਇਹ ਥੋੜ੍ਹੇ ਥੋੜ੍ਹੇ ਭੇਦਾਂ ਦੀਆਂ ਗੱਲਾਂ ਮਹਿਸੂਸ ਹੁੰਦੀਆਂ ਕਿ ਗੁਰੂ ਸਾਹਿਬ ਕਹਿੰਦੇ ਹੈ ਕਿ ਪਰਮਾਤਮਾ ਅਵਿਨਾਸ਼ੀ ਹੈ, ਉਹ ਕਦੇ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹਨੂੰ ਲੋਕ ਕਹਿੰਦੇ ਹੈ ਨਾ, ਉਹ ਜਨਮ ਨਾ ਹੋ ਕਰਕੇ ਪ੍ਰਕਾਸ਼ ਪ੍ਰਗਟ ਹੋਇਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਸੰਸਾਰ ਦੇ ਵਿੱਚ ਜਨਮ ਨਾ ਲੈ ਕੇ ਪ੍ਰਗਟ ਹੋਏ, ਭਾਵ ਸੰਸਾਰਕ ਕਿਰਿਆ ਉਸੇ ਤਰ੍ਹਾਂ ਚੱਲਦੀ ਰਹੀ, ਪਰ ਪਰਮਾਤਮਾ ਆਪ ਕਦੇ ਜੋਨੀ ਵਿੱਚ ਨਹੀਂ ਆਉਂਦਾ। ਗਰਭ ਸੇ ਗਰਭਾਸ ਨਾ ਭਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਜਾਂ ਪੇਖਿਆ ਉਹ ਗਰਭਾਸ ਦੇ ਵਿੱਚ ਨਹੀਂ ਪੈਂਦੇ, ਤਾਂ ਫਿਰ ਗੁਰੂ ਨਾਨਕ ਇਹ ਅੰਦਾਜ਼ਾ ਲਾਓ ਕਿ ਤੁਸੀਂ ਕਿਵੇਂ ਗਰਭ ਦੇ ਵਿੱਚ ਪੈ ਸਕਦਾ ਹੈ, ਪਰਮਾਤਮਾ ਜਿਹੜਾ ਹੈ ਉਹ ਕਿਵੇਂ ਗਰਭ ਦੇ ਵਿੱਚ ਪੈ ਸਕਦਾ ਹੈ। ਇਸ ਕਰਕੇ
गुरु साहिब दे जन्म दिवस नूं असी प्रकाश दिवस करके जानते हाँ। असी जन्म नहीं कहते क्योंकि गुरु साहिब साहिब श्री गुरु नानक देव जी आप परमात्मा स्वरूप सी। भट्टा ने यह गल बख्शिश की हुई है, आप नारायण कला तार जग मैं परवरियो, आप ही परमपिता परमात्मा जिहड़ा है कला धारण करके इस जग दे विच उतरिया परवरिया प्रगट होया। तो साध संगत जी इस तरह ही साहिब श्री गुरु नानक देव जी की बाणी भी यह बख्शिश करती है कि हर रूप जोत रूप हर आप गुरु नानक कहायो। हुण ये तुक जिहड़ी है साहिब श्री गुरु ग्रंथ साहिब की स्पष्ट सानू बख्शिश कर रही है कि वह जोत स्वरूप परम पिता परमात्मा जिहड़ा आदि पुरख है, जिहड़ा अकाल पुरख है, जिहड़ा कलाधार है, जिहड़ा सृष्टि का रचता है, जिहड़ा संसार का पालनहारा है, वह ही कला धारण करके जोत स्वरूप परमात्मा गुरु नानक कहायो। गुरु नानक ही परम पिता परमात्मा सी, ये गुरु साहब गुरु ग्रंथ साहब की बाणी सानू बख्शिश करती है। तो साध संगत जी इस तरह के नाल जो असी देखते हैं ना कि अमूमन जो असी साखी पढ़ते हैं तो उत्थे ये गल बख्शिश की जाती है कि जो दौलतां बाई ने इस समय नू देखिया तो दौलतां दाई जिहड़ी सी ना उस नू एक अजब रूप का प्रकाश नज़र आया और उस दियां अखां चंदिया गई, उसनू कोई पता नहीं लग्या कि की होया। पर दौलतां दाई ने जिहड़ा प्रकाश देखिया वह उस दे मन नू रोशन कर गया। दौलतां दाई नू ये पता लग गया कि यह कोई सधारण बालक नहीं है जो प्रगट होया है। उसनू नहीं पता लग्या दाई नू भी जन्म होया कि प्रगट होया है, पर प्रकाश जदों उहदे अखां दे विच वज्जिया उहदियां अखां चंदे आ गईआं ते बालक जिहड़ा अपने आप प्रगट होया। ते ये जिहड़ी दौलतां दाई सी इस दे मन दे विच परमात्मा वल्लों एक बख्शिश पैदा होई कि ये जो बच्चा है ये सधारण रूप नहीं है, ये तो कोई परमात्मा दा स्वरूप ही है। इस तरह दे नाल दौलतां दाई नूं भी गुरु नानक दे प्रकाश होण दा प्रगट होण दा वाकया महसूस होया। इस तरह ही अमूमन कई लोग कहते हैं जी ये ऐसा किसे हो कैसे हो सकता है, इतिहास के साखी के कहा जाता है कि उदो जी अरहत धुन बाजे बजे राग रतन रागा ने आके फुलां शब्द गाए, फुलां दी वर्षा हुई, देवत्या ने फुलां दी वर्षा की उस स्थान के उत्ते। तो ये सारिया विस्माद रूप गल्लां है जिहड़ियां ना जिहड़ा गुरमुख आत्मा परमात्मा नूं समर्पित है वह तो यह गल नूं समझ सकती है, जां जिन्हां नूं आप ये विस्माद रूप का परमात्मा दे मिलन का विस्माद रूप का जो अनुभव प्राप्त हो चुका है, जे ओ आत्मा यह गल कहिंदी है तो सच है, पर मनमुख आत्मा जिहड़ी है ये विस्माद रूप नूं मनन नूं तैयार नहीं है। क्योंकि मनमुख लोग जिहड़े है वह संसार दे विच ही विचरदे है और जिहड़े गुरमुख लोग हुंदे है वह संसार तो परे परमात्मा दे विस्माद अनुभवां नूं महसूस करते हैं। संसार दे परे सचखंड जिहड़ा है परमात्मा दा देश है उस दे नज़ारियां नूं महसूस करते हैं, परमात्मा दे विस्माद क्रियाकलापां नूं महसूस करते हैं। कुदरत नूं बलिहारी कुदरत वसिया तेरा अंत ना जाई लख्या, इस करके फिर ये लोग जिहड़े जदों ऐसे विस्माद नज़ारिया नूं देखते हैं ना तो उदों फिर बाणी सानू ये राह दिंदी है कि बलिहारी कुदरत वसिया तेरा अंत ना जाई लख्या। रहाओ जात मैं जोत, जोत मैं जाता, अकल कला भरपूर रहा, तू सच्चा साहिब सिफत सवाल्यो जिन कीती सो पार पया। सब मैं जोत, जोत है सोए तिसदे चानण, सब मैं चानण होए गुरसाखी जोत प्रगट होए, जो तिस भावै सो आरती होए। ये आरती ये शब्द ये फुलां दी वर्षा जिहड़ी है उस समय भी जो सारे संसार दे विच गुरु की कृपा द्वारा अज भी हो रही है, अरहद धुन जिहड़ी है वह अरहद नाद जिहड़ा है ये गूंज जिहड़ी है सारे संसार दे विच सारी सृष्टि दे विच अज भी वज रही है। तो उदों गुरु नानक प्रकाश के समय गुरु नानक प्रगट होने के समय भी
ਇਹ ਧੁਨਾਂ ਵੱਜੀਆਂ, ਇਹ ਫੁੱਲਾਂ ਦੀ ਵਰਸ਼ਾ ਹੋਈ, ਇਹ ਕੁਦਰਤ ਦਾ ਸਰੂਪ ਜਿਹੜਾ ਹੈ ਉਹ ਪਰਮਾਤਮਾ ਦੀ ਕਿਰਪਾ ਨਾਲ ਇਸ ਮਹਾਨ ਹਸਤੀ ਦੇ ਉੱਤੇ, ਸਤਿਗੁਰੂ ਸਰੂਪ ਦੇ ਆਗਮਨ ਦੇ ਉੱਤੇ ਇਹ ਚਲਾਏਮਾਨ ਹੋਇਆ, ਵਰਤਿਆ। ਤੋ ਸਾਧ ਸੰਗਤ ਜੀ, ਇਸ ਕਰਕੇ ਗੁਰਮੁਖ ਆਤਮਾਵਾਂ ਜਿਹੜੀਆਂ ਇਹਨਾਂ ਗੱਲਾਂ ਨੂੰ ਵਿਚਾਰ ਕਰਦੀਆਂ, ਤੋ ਇੱਕ ਹੋਰ ਵਿਚਾਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜਿਹੜਾ ਸੀ ਉਹ ਪਰਮਾਤਮਾ ਸਰੂਪ ਸੀ, ਉਹ ਜੋਤ ਸਰੂਪ ਸੀ। ਅਤੇ ਬਹੁਤ ਲੋਕ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ ਨਾ ਕਿ ਨਿਰੰਕਾਰ ਜਿਹੜਾ ਹੈ ਉਹ ਗੁਰੂ ਨਾਨਕ ਹੀ ਸੀ, ਗੁਰੂ ਨਾਨਕ ਹੀ ਸਤਿਗੁਰੂ ਸਰੂਪ ਸੀ, ਗੁਰੂ ਨਾਨਕ ਹੀ ਨਾਰਾਇਣ ਸਰੂਪ ਸੀ, ਗੁਰੂ ਨਾਨਕ ਹੀ ਪਰਮਾਤਮਾ ਸਰੂਪ ਸੀ, ਗੁਰੂ ਨਾਨਕ ਹੀ ਵਾਹਿਗੁਰੂ ਸਰੂਪ ਸੀ। ਕਿਉਂਕਿ ਜਦੋਂ ਕੋਈ ਬ੍ਰਹਮ ਗਿਆਨੀ ਹੋ ਜਾਂਦਾ ਹੈ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ, ਅਤੇ ਉਸ ਦੇ ਵਿੱਚ ਜਦੋਂ ਉਹ ਪਰਮ ਪਿਤਾ ਪਰਮਾਤਮਾ ਪ੍ਰਗਟ ਹੋ ਕੇ ਆਪਣੇ ਵਚਨ ਕਰਦਾ ਹੈ, ਅਤੇ ਉਦੋਂ ਉਹ ਬ੍ਰਹਮ ਗਿਆਨੀ ਦਾ ਸਰੂਪ ਜਿਹੜਾ ਹੈ, ਆਪਣਾ ਵਜੂਦ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਅਤੇ ਉਹ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਕੇ ਭਗਤ ਜਿਹੜੇ ਹੈ, ਬ੍ਰਹਮ ਗਿਆਨੀ ਜਿਹੜੇ ਹੈ, ਗੁਰੂ ਸਾਹਿਬ ਕਹਿੰਦੇ ਆ ਨਾ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ, ਉਹ ਪਰਮਾਤਮਾ ਵਰਗੇ ਹੋ ਜਾਂਦੇ ਆ, ਪਰਮਾਤਮਾ ਦਾ ਸਰੂਪ ਹੋ ਜਾਂਦੇ ਆ। ਔਰ ਜੋ ਬੋਲਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਐਸੀਆਂ ਇਸਦੀਆਂ ਬ੍ਰਹਮ ਗਿਆਨੀ ਦੀਆਂ ਜੋ ਅਵਸਥਾ ਗੁਰੂ ਸਾਹਿਬ ਨੇ ਸਾਨੂੰ ਬ੍ਰਹਮ ਗਿਆਨ ਦੀ ਪੌੜੀ ਦੇ ਵਿੱਚ ਬਖਸ਼ੀਆਂ ਹੈ, ਤੋ ਜਦੋਂ ਉਹਨਾਂ ਨੂੰ ਗੁਰਮੁਖ ਆਤਮਾ ਸਮਝ ਲੈਂਦੀ ਹੈ ਨਾ, ਤੇ ਉਦੋਂ ਉਸ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਸਤਿਗੁਰੂ ਨਾਨਕ ਵੀ ਜਿਹੜਾ ਹੈ ਉਹ ਪ੍ਰਕਾਸ਼ ਸਰੂਪ ਸੀ, ਉਹ ਨਿਰੰਕਾਰ ਸਰੂਪ ਸੀ। ਜੇ ਬ੍ਰਹਮ ਗਿਆਨੀ, ਸਧਾਰਨ ਲੋਕ ਨਾਮ ਸਿਮਰਨ ਕਰਕੇ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕਰਕੇ ਪਰਮਾਤਮਾ ਵਰਗੇ ਹੋ ਸਕਦੇ ਹੈ, ਪਰਮਾਤਮਾ ਔਰ ਰਾਮ ਭਗਤ ਮੇ ਭੇਦ ਨਾ ਕੋਈ, ਇਸ ਤਰ੍ਹਾਂ ਨਾਲ ਰਾਮ ਔਰ ਪਰਮਾਤਮਾ ਦੇ ਭਗਤ ਦੇ ਵਿੱਚ, ਰਾਮ ਔਰ ਰਾਮ ਦੇ ਭਗਤ ਦੇ ਵਿੱਚ ਕੋਈ ਭੇਦ ਨਹੀਂ ਲੈਂਦਾ, ਤੋ ਇਸੇ ਤਰ੍ਹਾਂ ਹੀ ਸਤਿਗੁਰੂ ਸਰੂਪ ਜਿਹੜਾ ਹੈ ਉਹ ਤਾਂ ਪਰਮਾਤਮਾ ਦਾ ਭੇਜਿਆ ਹੋਇਆ ਉੱਪਰੋਂ ਕਾਰਕ ਪੁਰਸ਼ ਹੋ ਕੇ ਆਉਂਦਾ ਹੈ, ਅਤੇ ਉਹ ਕਦੇ ਵੀ ਪਰਮਾਤਮਾ ਤੋਂ ਵੱਖਰਾ ਨਹੀਂ ਹੁੰਦਾ, ਪਰਮਾਤਮਾ ਸਰੂਪ ਹੀ ਹੁੰਦਾ ਹੈ। ਤੋ ਸਤਸੰਗ ਜੀ, ਇੱਕ ਜਦੋਂ ਅਸੀਂ ਇਹ ਵਿਚਾਰਾਂ ਕਰਦੇ ਹਾਂ ਨਾ, ਤਾਂ ਬਹੁਤ ਲੋਕ ਸ਼ੰਕਾ ਪ੍ਰਗਟ ਕਰ ਲੈਂਦੇ ਆ ਕਿ ਗੁਰੂ ਨਾਨਕ ਸਰੂਪ, ਜੇ ਪਰਮਾਤਮਾ ਸਰੂਪ ਸੀ ਤਾਂ ਪਰਮਾਤਮਾ ਤਾਂ ਜੋਤ ਸਰੂਪ ਹੈ, ਅਤੇ ਫਿਰ ਇਹ ਗੁਰੂ ਨਾਨਕ ਦਾ ਹੱਡ ਮਾਸ ਦਾ ਚੰਮ ਦਾ ਜੋ ਇਹ ਸਰੀਰ ਹੈ ਇਹ ਕੀ ਚੀਜ਼ ਸੀ? ਬਹੁਤ ਲੋਕ ਸ਼ੰਕਾ ਕਰਦੇ ਹੈ, ਇਹ ਜੀ ਮਨੁੱਖਾਂ ਵਾਂਗੂ ਮਨੁੱਖ ਹੀ ਸੀ, ਇਹ ਨਿਰੰਕਾਰ ਨਹੀਂ ਸੀ, ਬਹੁਤ ਸ਼ੰਕਾਵਾਂ ਕਰਦੇ ਹੈ। ਅਤੇ ਇੱਕ ਗੱਲ ਤੁਹਾਨੂੰ ਇਹ ਧਿਆਨ ਦੇ ਵਿੱਚ ਲਿਆ ਦਈਏ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਸ ਸੰਸਾਰ ਤੋਂ ਜਾਣਾ ਹੋਇਆ, ਤੇ ਗੁਰੂ ਸਾਹਿਬ ਨੇ ਤੰਬੂ ਕਨਾਤ ਲਗਾ ਕੇ ਇੱਕ ਪਰਦੇ ਦੇ ਵਿੱਚ ਚਾਦਰ ਲੈ ਲਈ, ਔਰ ਚਾਦਰ ਲੈ ਕੇ ਉੱਪਰ ਚਾਦਰ ਓੜ ਕੇ ਆਰਾਮ ਨਾਲ ਸੌਂਗੇ, ਔਰ ਜੋਤ ਸਰੂਪ ਹੋ ਕੇ ਸੰਦੇਹ ਉਸ ਸਥਾਨ ਤੋਂ ਪਰਮ ਪਿਤਾ ਪਰਮਾਤਮਾ ਦੇ ਦੇਸ਼ ਵੱਲ ਚਾਲੇ ਪਾ ਦਿੱਤੇ ਹੈ। ਹੁਣ ਹਰ ਕਿਸੇ ਨੂੰ ਇਹ ਮਹਿਸੂਸ ਹੋਇਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਹੈ ਦੇਹ ਤਿਆਗ ਗਏ ਹੈ, ਔਰ ਅਸੀਂ ਉਹਨਾਂ ਦਾ ਸੰਸਕਾਰ ਕਰਨਾ ਹੈ। ਹਿੰਦੂ ਸਮਾਜ ਦੇ ਲੋਕਾਂ ਨੇ ਇਹ ਮਨ ਦੇ ਵਿੱਚ ਠਾਣ ਲਈ, ਮੁਸਲਮਾਨ ਲੋਕਾਂ ਨੇ, ਕਿਉਂਕਿ ਮੁਸਲਮਾਨ ਲੋਕਾਂ ਦੇ ਵਿੱਚ ਵੀ ਪੀਰਾਂ ਦਾ ਪੀਰ ਕਰਕੇ ਗੁਰੂ ਨਾਨਕ ਪੀਰ ਜਾਣਿਆ ਜਾਂਦਾ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਮੁਸਲਮਾਨਾਂ ਦੇ ਵਿੱਚ ਬੜੀ ਸ਼ਰਧਾ ਸੀ, ਅਤੇ ਮੁਸਲਮਾਨ ਕਹਿਣ ਲੱਗੇ ਵੀ ਅਸੀਂ ਇਸ ਦੇਹ ਦਾ ਜਿਹੜਾ ਹੈ ਨਾ ਦਫਨ ਕਰਾਂਗੇ, ਅਤੇ ਇਹ ਦੇਹ ਜਿਹੜੀ ਹੈ ਅਸੀਂ ਲੈ ਕੇ ਜਾਵਾਂਗੇ। ਹੁਣ ਦੋਨਾਂ ਦਾ ਆਪਸ ਦੇ ਵਿੱਚ ਬਹਿਸ ਮਵਾਸਾ ਹੋ ਗਿਆ, ਉਹ ਹਿੰਦੂ ਕਹਿੰਦੇ ਹੈ ਕਿ ਅਸੀਂ ਦੇਹ ਸੰਸਕਾਰ ਕਰਾਂਗੇ, ਔਰ ਮੁਸਲਮਾਨ ਕਹਿੰਦੇ ਆ ਕਿ ਅਸੀਂ ਦੇਹ ਦਫਨ ਕਰਾਂਗੇ।
ਤੋ ਇਸ ਤਰ੍ਹਾਂ ਦੇ ਨਾਲ ਆਪਸ ਵਿੱਚ ਦੀ ਬਾਹਰ ਬਹਿਸ ਮੁਵਾਸਾ ਹੋ ਰਿਹਾ ਕਨਾਤ ਤੇ। ਪਰ ਬਹੁਤ ਸਿਆਣੇ ਲੋਕ, ਗੁਰਮੁਖ ਪਿਆਰੇ ਲੋਕ ਜਿਹੜੇ ਸੀ, ਜਿਹੜੇ ਇਹ ਭੇਦ ਨੂੰ ਜਾਣਦੇ ਸੀ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਉਹ ਹੱਡ ਚੰਮ ਮਾਸ ਦਾ ਸਰੂਪ ਨਹੀਂ ਹੈ। ਤੋ ਇਸ ਤਰ੍ਹਾਂ ਦੇ ਨਾਲ ਜਦੋਂ ਉਹਨਾਂ ਸਿਆਣੇ ਪੁਰਸ਼ਾਂ, ਗੁਰਮੁਖ ਪੁਰਸ਼ਾਂ ਨੇ ਇਹ ਕਿਹਾ, ਭਾਈ ਤੁਸੀਂ ਬਹਿਸ ਮੁਵਾਸਾ ਕਿਉਂ ਕਰਦੇ ਹੋ, ਲੜਾਈ ਝਗੜਾ ਕਿਉਂ ਕਰਦੇ ਹੋ, ਤੁਸੀਂ ਇਹ ਤਾਂ ਦੇਖ ਲਓ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਵੀ ਕਿ ਨਹੀਂ, ਕਿ ਉਹ ਜੋਤ ਸਰੂਪ ਸਿੱਧੇ ਆਕਾਸ਼ ਵੱਲ ਪਰਮਾਤਮਾ ਦੇ ਦੇਸ਼ ਨੂੰ ਤਾਂ ਨਹੀਂ ਚਲੇ ਗਏ, ਕਿਉਂਕਿ ਉਹ ਪਰਮਾਤਮਾ ਦੇਸ਼ ਤੋਂ ਆਏ ਸੀ, ਜਿਸ ਦੇਸ਼ ਤੋਂ ਆਏ ਸੀ ਉਸ ਦੇਸ਼ ਦੇ ਵਿੱਚ ਸਿੱਧੇ ਹੀ ਚਲੇ ਗਏ ਹੋਣਗੇ, ਕਿਉਂਕਿ ਅੱਗੇ ਵੀ ਬਹੁਤ ਗੁਰਮੁਖ ਲੋਕ ਇਹ ਜਾਣਦੇ ਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵੇਈ ਨਦੀ ਦੇ ਵਿੱਚ ਟੁੱਬੀ ਲਾ ਕੇ ਗਏ ਆ ਨਾ, ਅਤੇ ਉਦੋਂ ਸੱਚਖੰਡ ਦੁਆਰੇ 'ਤੇ ਪ੍ਰਗਟ ਹੋਏ ਆ। ਉਸ ਤੋਂ ਬਾਅਦ ਫਿਰ ਦੂਜੀ ਵਾਰੀ ਸਮੇਰ ਪਰਬਤ ਤੋਂ ਹੁੰਦੇ ਹੋਏ ਕਾਕ ਪਸੰਡ ਹਨੂੰਮਾਨ ਜੀ, ਪ੍ਰਹਲਾਦ ਜੀ ਧਰੂ ਦੀ ਪੁਰੀ ਤੋਂ ਹੁੰਦੇ ਹੋਏ ਅੱਗੇ ਜਦੋਂ ਸੱਚਖੰਡ ਵੱਲ ਨੂੰ ਗਏ ਹੈ ਨਾ, ਅਤੇ ਉਦੋਂ ਉੱਥੇ ਪਰਮਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ 'ਤੇ ਦਰਸ਼ਨ ਕਰਕੇ ਆਏ ਹੈ। ਇਹ ਗੁਰਮੁਖ ਲੋਕ ਜਿਹੜੇ ਹੈ ਵੀ ਸਮਾਧ ਰੂਪ ਨੂੰ ਜਾਣਦੇ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਐਸੀ ਲੜਾਈ ਕਿਉਂ ਕਰਦੇ ਹੋ, ਤੁਸੀਂ ਇਹ ਤਾਂ ਦੇਖ ਲਓ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਹੈ ਉਹ ਸਰੀਰ ਸਰੂਪ ਹੈ ਜਾਂ ਸਰੀਰ ਤੋਂ ਸਮੇਤ ਹੀ ਸਰੀਰ ਦੇ ਨਾਲ ਉਹ ਪਰਮਾਤਮਾ ਦੇ ਦੇਸ਼ ਨੂੰ ਚਲੇ ਗਏ ਆ। ਜਦ ਦੋਨਾਂ ਨੇ ਇਹ ਲੜਾਈ ਬੰਦ ਕਰਕੇ, ਹਿੰਦੂ ਔਰ ਮੁਸਲਮਾਨਾਂ ਨੇ ਜਦ ਉਹ ਕਨਾਤ ਦੇ ਅੰਦਰ ਜਾ ਕੇ ਦੇਖਿਆ ਅਤੇ ਚਾਦਰ ਦੇਖੀ ਜਦ ਉਠਾ ਕੇ, ਅਤੇ ਚਾਦਰ ਦੇ ਵਿੱਚ ਕੀ ਦੇਖਦੇ ਹੈ ਕਿ ਕੁਛ ਫੁੱਲਾਂ ਦੀ ਢੇਰੀ ਔਰ ਚਾਦਰ ਪਈ ਹੈ, ਬਾਕੀ ਗੁਰੂ ਨਾਨਕ ਦਾ ਸਰੀਰ ਸਰੂਪ ਜਿਹੜਾ ਹੈ ਉਹ ਨਹੀਂ ਹੈ। ਕਿਉਂ? ਕਿਉਂਕਿ ਗੁਰੂ ਨਾਨਕ ਜੋਤ ਸਰੂਪ ਸੀ, ਪ੍ਰਕਾਸ਼ ਸਰੂਪ ਸੀ, ਇਸੇ ਕਰਕੇ ਹੀ ਗੁਰੂ ਸਾਹਿਬ ਜਿਹੜੇ ਹੈ ਉਹਨਾਂ ਨੂੰ ਅਸੀਂ ਪ੍ਰਕਾਸ਼ ਦਿਵਸ ਕਰਕੇ ਜਾਣਦੇ ਹਾਂ। ਉਹਨਾਂ ਦਾ ਜਨਮ ਨਹੀਂ ਅਸੀਂ ਕਹਿੰਦੇ ਕਦੇ ਵੀ, ਉਹਨਾਂ ਨੂੰ ਪ੍ਰਗਟ ਹੋਏ ਜਾਣਿਆ ਜਾਂਦਾ। ਔਰ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਨੂੰ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟ ਹੋਇਆ, ਸਤਿਗੁਰ ਨਾਨਕ ਨੇ ਜਨਮ ਨਹੀਂ ਲਿਆ, ਸਤਿਗੁਰ ਨਾਨਕ ਪ੍ਰਗਟਿਆ। ਔਰ ਜਦੋਂ ਸਤਿਗੁਰੂ ਨਾਨਕ ਇਸ ਸੰਸਾਰ ਦੇ ਵਿੱਚ ਪ੍ਰਗਟਿਆ ਅਤੇ ਉਦੋਂ ਕੀ ਹੋਇਆ, ਮਿੱਟੀ ਧੁੰਦ, ਅਗਿਆਨ ਦੀ ਧੁੰਦ ਮਿਟ ਗਈ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉਂ ਘਰ ਸੂਰਜ ਨਿਕਲਿਆ, ਕੈਸਾ ਚਾਨਣ ਹੋਇਆ, ਗੁਰੂ ਸਾਹਿਬ ਕਹਿੰਦੇ ਕਿ ਜਿਵੇਂ ਸੂਰਜ ਨਿਕਲਦਾ ਹੈ ਨਾ, ਬੱਦਲ ਹੁੰਦੇ ਹੈ, ਬੱਦਲ ਹੋਣ ਤੋਂ ਬਾਅਦ ਸੂਰਜ ਨਿਕਲਦਾ ਔਰ ਬੱਦਲ ਖਤਮ ਹੋ ਜਾਂਦੇ ਹੈ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਕਿਉਂਕਿ ਜਦੋਂ ਅੰਧੇਰਾ ਹੋਵੇ ਉਦੋਂ ਤਾਰੇ ਛੋਟੇ ਛੋਟੇ ਚਮਕਦੇ ਰਹਿੰਦੇ ਆ, ਅੰਧੇਰਾ ਹੁੰਦਾ, ਪਰ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਗਿਆਨ ਦਾ ਪ੍ਰਕਾਸ਼, ਸੂਰਜ ਪ੍ਰਕਾਸ਼ ਹੋਇਆ ਅਤੇ ਉਦੋਂ ਭਾਈ ਗੁਰਦਾਸ ਜੀ ਨੇ ਇਹ ਗੱਲ ਪ੍ਰਗਟ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਦੇ ਉੱਤੇ ਅੰਧੇਰਾ ਜਿਹੜਾ ਸੀ ਉਹ ਖਤਮ ਹੋ ਗਿਆ ਔਰ ਗਿਆਨ ਦਾ ਪ੍ਰਕਾਸ਼ ਜਿਹੜਾ ਸੀ ਉਹ ਸੂਰਜ ਬਣ ਕੇ ਪ੍ਰਗਟ ਹੋਇਆ। ਅਤੇ ਇਸ ਤਰ੍ਹਾਂ ਨਾਲ ਹੀ ਗੁਰੂ ਨਾਨਕ ਦੇਵ ਜੀ ਜਿਹੜੇ ਹੈ, ਗੁਰੂ ਸਾਹਿਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪ੍ਰਤੱਖ ਜੋਤ ਸੀ, ਨਿਰੰਕਾਰ ਦਾ ਸਰੂਪ ਸੀ, ਔਰ ਇਸ ਤਰ੍ਹਾਂ ਨਾਲ ਉਹ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ। ਇਸੇ ਤਰ੍ਹਾਂ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਆਪਾਂ ਵਿਚਾਰਧਾਰਾ ਨੂੰ ਲਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਗੱਲ ਕੀਤੀ ਹੈ ਕਿ ਸਾਡਾ ਜਨਮ ਨਹੀਂ ਹੋਇਆ। ਕੀ ਹੋਇਆ? ਪ੍ਰਕਾਸ਼ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਦੁਆਰਾ ਇਹ ਬਚਨ ਕੀਤੇ ਹੈ ਕਿ ਤਈ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲੈ ਹੋ। ਸਾਡਾ ਪਰਮਾਤਮਾ ਦੇ ਹੁਕਮ ਨੇ ਜਦੋਂ ਸਾਨੂੰ ਆਗਿਆ ਕੀਤੀ ਕਿ ਸੰਸਾਰ ਦੇ ਵਿੱਚ ਜਾਓ, ਤੇ ਉਦੋਂ ਸਾਡਾ ਜਿਹੜਾ ਸੀ ਪ੍ਰਕਾਸ਼ ਪਿਆ, ਤਈ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ। ਕਹਿੰਦੇ ਵੀ ਕਿੱਥੇ ਹੋਇਆ? ਪਟਨਾ ਸ਼ਹਿਰ ਵਿਖੇ ਪਵ ਲਏ। ਪਟਨਾ ਸ਼ਹਿਰ ਦੇ ਵਿੱਚ ਆ ਕੇ ਅਸੀਂ ਸੰਸਾਰ ਦੇ ਸਾਗਰ ਦੇ ਵਿੱਚ ਅਸੀਂ ਖੇਲ ਖੇਲਣ ਵਾਸਤੇ ਆ ਗਏ, ਪਵ ਲੈ ਲਿਆ, ਭਾਵ ਸੰਸਾਰ ਦਾ ਸਾਗਰ ਅਸੀਂ ਉਸ ਦੇ ਵਿੱਚ ਸ਼ਾਮਿਲ ਹੋ ਗਏ।
ਤੋ ਇਸੇ ਤਰ੍ਹਾਂ ਹੀ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਚਲਾਣੇ ਵੱਲ ਨੂੰ ਜਾ ਰਹੇ ਹੈ ਤੇ ਸਿੰਘਾਂ ਨੂੰ ਹੁਕਮ ਕੀਤਾ ਕਿ ਭਾਈ ਕਨਾਤ ਲਗਾ ਦਿਓ, ਚਿਤਾ ਚ ਇੱਕ ਚਿੰਨ੍ਹ ਦਿੱਤੀ ਗਈ ਔਰ ਸਾਰੇ ਸਿੰਘਾਂ ਨੂੰ ਹੁਕਮ ਦੇ ਦਿੱਤਾ ਕਿ ਕੋਈ ਵੀ ਸਿੰਘ ਇਸ ਕਨਾਤ ਵਿੱਚ ਨਹੀਂ ਦੇਖੇਗਾ, ਝਾਕ ਕੇ ਨਹੀਂ ਦੇਖੇਗਾ ਔਰ ਆਪ ਜਿਹੜੇ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਨਾਤ ਦੇ ਅੰਦਰ ਵੜ ਅੰਦਰ ਚਲੇ ਗਏ ਔਰ ਤੰਬੂ ਜਿਹੜਾ ਸੀ ਉਹ ਬੰਦ ਕਰਕੇ ਚਿਤਾ ਦੇ ਉੱਪਰ ਬੈਠੇ ਔਰ ਬੈਠੇ ਤੇ ਆਪਣੀ ਹੀ ਕਿਰਪਾ ਦੁਆਰਾ, ਪਰਮਪਿਤਾ ਪਰਮਾਤਮਾ ਦੀ ਕਿਰਪਾ ਦੁਆਰਾ ਉਹ ਅਗਨੀ ਪ੍ਰਜਵਲਿਤ ਹੋਈ। ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ ਜੋਤ ਸਰੂਪ ਪਰਮਾਤਮਾ ਦੇ ਦੇਸ਼ ਦੇ ਵਿੱਚ ਗਏ ਸੀ, ਇਸੇ ਤਰ੍ਹਾਂ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਪਰਮਾਤਮਾ ਦੇ ਦੇਸ਼ ਸਮੇਤ ਘੋੜੇ ਦੇ ਸਮੇਤ ਆਕਾਸ਼ ਵੱਲ ਨੂੰ ਉਡਾਰੀ ਲਾਈ ਹੈ ਔਰ ਸਿੰਘਾਂ ਨੇ ਬਾਹਰ ਖੜ੍ਹੇ ਸਿੰਘਾਂ ਨੇ ਕੀ ਦੇਖਿਆ ਕਿ ਘੋੜੇ ਸਮੇਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਜਿਹੜਾ ਸੀ ਉਹ ਆਕਾਸ਼ ਵੱਲ ਜਾ ਰਿਹਾ ਔਰ ਅੱਗੇ ਜਾ ਕੇ ਉਹ ਜੋਤ ਸਰੂਪ ਪ੍ਰਕਾਸ਼ ਸਰੂਪ ਹੋ ਗਿਆ ਹੈ ਔਰ ਸਿੰਘਾਂ ਨੇ ਦੇਖਿਆ ਕਿ ਇਹ ਕੀ ਨਜ਼ਾਰਾ ਹੈ ਤਾਂ ਜਿੱਥੇ ਕਮੈਤ ਘੋੜਾ ਬੰਨਿਆ ਹੋਇਆ ਸੀ ਸਿੰਘਾਂ ਦਾ, ਜਦ ਉੱਥੇ ਜਾ ਕੇ ਕਮੈਤ ਘੋੜੇ ਦੀ ਪੜਤਾਲ ਕੀਤੀ ਤੇ ਦੇਖਿਆ ਕਿ ਉਹ ਕਮੈਤ ਘੋੜਾ ਵੀ ਨਹੀਂ ਹੈ, ਘੋੜੇ ਸਮੇਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਦੇਹ ਸਮੇਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਜਾ ਕੇ ਪ੍ਰਕਾਸ਼ ਸਰੂਪ ਹੋ ਕੇ ਔਰ ਪਰਮਾਤਮਾ ਦੇ ਦੇਸ਼ ਵੱਲ ਚਲੇ ਗਏ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਜਿੰਨੀਆਂ ਵੀ ਅਧਿਆਤਮਿਕ ਪਰਮਾਰਥ ਰੂਹਾਂ ਸਤਿਗੁਰੂ ਸਰੂਪ ਜਿਹੜੇ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਆਉਂਦੇ ਆ ਉਹ ਸਾਰੇ ਦੇ ਸਾਰੇ ਹੀ ਪ੍ਰਕਾਸ਼ ਸਰੂਪ ਹੁੰਦੇ ਹੈ। ਸਾਧ ਸੰਗਤ ਜੀ, ਜੇ ਅਸੀਂ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਲਈਏ ਤੇ ਲੋਕ ਕਹਿੰਦੇ ਆ ਕਿ ਪੰਚਮ ਪਾਤਸ਼ਾਹ ਨੇ ਜਦੋਂ ਰਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਟੁੱਬੀ ਲਗਾਈ ਤੇ ਉਦੋਂ ਪੰਚਮ ਪਾਤਸ਼ਾਹ ਦੀ ਦੇਹ ਜਿਹੜੀ ਹੈ ਉਸ ਸਾਗਰ ਦੇ ਵਿੱਚ ਵਲੀਨ ਹੋ ਗਈ, ਰਾਵੀ ਨਦੀ ਦੇ ਵਿੱਚ ਵਲੀਨ ਹੋ ਗਈ ਔਰ ਮੁੜ ਕੇ ਉਹ ਵਾਪਸ ਨਹੀਂ ਆਈ। ਕਾਰਨ ਇਹੀ ਹੈ ਕਿ ਗੁਰੂ ਸਾਹਿਬ ਵੀ ਸਤਿਗੁਰੂ ਸਰੂਪ ਸੀ, ਇਸ ਕਰਕੇ ਜਦੋਂ ਰਾਵੀ ਨਦੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਹ ਰੂਹ ਸਮੇਤ ਹੀ ਪਰਮਾਤਮਾ ਦੇ ਦੇਸ਼ ਵੱਲ ਚਲੇ ਗਏ ਹੈ। ਇਹਨਾਂ ਸਤਿਗੁਰੂ ਸਰੂਪਾਂ ਨੂੰ, ਪਰਮਾਰਥੀ ਆਤਮਾਵਾਂ ਨੂੰ, ਰੂਹਾਂ ਨੂੰ, ਬ੍ਰਹਮ ਗਿਆਨੀ ਰੂਹਾਂ ਨੂੰ, ਗੁਰਮੁਖ ਰੂਹਾਂ ਨੂੰ ਕਦੇ ਵੀ ਇਹ ਸੰਸਾਰ ਜਿਹੜਾ ਹੈ ਉਹ ਵਲੀਨ ਨਹੀਂ ਕਰ ਸਕਦਾ, ਕਦੇ ਵੀ ਉਹ ਸੰਸਾਰ ਜਾਲ ਨਹੀਂ ਸਕਦਾ, ਕਦੇ ਵੀ ਉਹ ਸੰਸਾਰ ਪਾਣੀ ਡੋਬ ਨਹੀਂ ਸਕਦਾ। ਇਹ ਆਤਮਾਵਾਂ ਸਮੇਤ ਰੂਹਾਂ ਦੇ ਹੀ ਪਰਮਾਤਮਾ ਦੇ ਦੇਸ਼, ਕਿਉਂਕਿ ਇਹਨਾਂ ਦੇ ਰੂਹ ਤਾਂ ਆ ਜੋਤ ਹੁੰਦੇ ਹੀ ਹੁੰਦੇ ਹੈ, ਇਹਨਾਂ ਦੇ ਸਰੀਰ ਵੀ ਜਿਹੜੇ ਜੋਤ ਸਰੂਪ ਹੁੰਦੇ ਹੈ, ਇਸ ਕਰਕੇ ਜੋਤ ਸਰੂਪ ਆਤਮਾਵਾਂ ਜਿਹੜੀਆਂ ਹੈ ਪਰਮਾਤਮਾ ਦੇਸ਼ ਵੱਲ ਸਿੱਧੀ ਉਡਾਰੀ ਮਾਰ ਜਾਂਦੀ ਹੈ। ਤੋ ਸਾਧ ਸੰਗਤ ਜੀ, ਇਸੇ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚੋਂ ਇੱਕ ਕਥਾ ਆਉਂਦੀ ਹੈ ਕਿ ਇੰਦੌਰ ਦੇ ਨੇੜੇ ਜਦ ਪ੍ਰਚਾਰ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਸ਼ੰਗਾਬਾਦ ਦੇ ਰਾਜੇ ਦੇ ਰਾਜ ਦੇ ਵਿੱਚ ਉਸਦੇ ਘਰ ਦੇ ਵਿੱਚ ਆਸਣ ਕੀਤੇ ਹੋਏ ਹੈ, ਸਤਸੰਗ ਹੁੰਦੀ ਰਹੀ ਹੈ, ਬੜੀਆਂ ਸੰਗਤਾਂ ਜੁੜੀਆਂ ਹੋਈਆਂ ਸੀ ਔਰ ਅਮੂਮਨ ਆਮ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਹੀ ਨਿਰੰਕਾਰ ਸਰੂਪ ਹੈ, ਇਹ ਪਰਮਾਤਮਾ ਦਾ ਸਰੂਪ ਹੈ। ਪਰਮਾਤਮਾ ਦਾ ਸਰੂਪ ਜਿਹੜਾ ਹੈ, ਜਿਹੜੇ ਸਤਿਗੁਰੂ ਹੁੰਦੇ ਹੈ ਉਹ ਜੋਤ ਸਰੂਪ ਹੁੰਦੇ ਆ, ਉਹਨਾਂ ਦੇ ਸਰੀਰ ਨਹੀਂ ਹੁੰਦੇ। ਹੁਣ ਹੋਸ਼ੰਗਾਬਾਦ ਦੇ ਰਾਜੇ ਨੇ ਜਦ ਇਹ ਵਿਚਾਰਧਾਰਾ ਉਹ ਸਤਸੰਗ ਦੇ ਵਿੱਚੋਂ ਸੁਣੀ ਨਾ ਤੇ ਉਸ ਦੀ ਇਹ ਗੱਲ ਪਚਨ ਦੇ ਵਿੱਚ ਨਹੀਂ ਆਈ, ਉਹਨੂੰ ਇਹ ਵਿਸ਼ਵਾਸ ਨਹੀਂ ਹੋਇਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਸਤਵ ਦੇ ਵਿੱਚ ਹੀ ਜੋਤ ਸਰੂਪ ਸਰੀਰ ਹੈ। ਸ਼ੰਕਾ ਪੈਦਾ ਹੋ ਗਈ ਕਿ ਗੁਰੂ ਨਾਨਕ ਜਿਹੜਾ ਹੈ ਇਹ ਆਮ ਆਦਮੀਆਂ ਵਾਂਗੂ ਹੱਡ ਮਾਸ ਦਾ, ਚੰਮ ਮਾਸ ਦਾ, ਇੰਦਰੀਆਂ ਦਾ ਇਹ ਪੁਤਲਾ ਹੈ ਤੇ ਇਹ ਪ੍ਰਕਾਸ਼ ਕਿਵੇਂ ਹੋ ਸਕਦਾ ਹੈ। ਹੁਣ ਜਦੋਂ ਇਸ ਗੱਲ ਦੀ ਸ਼ੰਕਾ ਮਨ ਦੇ ਵਿੱਚ ਪੈਦਾ ਹੋ ਗਈ ਤੇ ਦਿਲਾਂ ਦੀਆਂ ਜਾਣਨ ਵਾਲੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਰਾਜੇ ਨੂੰ ਇੱਕ ਸ਼ੰਕਾ ਹੋ ਗਈ ਹੈ, ਸਤਸੰਗ ਸੁਣਦਿਆਂ ਸੁਣਦਿਆਂ ਜੋ ਇਹ ਸੁਣਿਆ ਸੀ
ਕਿ ਪਰਮਾਰਥੀ ਲੋਕ ਜਿਹੜੇ ਹੈ ਸਤਿਗੁਰੂ ਲੋਕ ਜਿਹੜੇ ਆ ਜੋਤ ਸਰੂਪ ਹੁੰਦੇ ਹੈ, ਉਹਨਾਂ ਦੇ ਸਰੀਰ ਨਹੀਂ ਹੁੰਦੇ ਗੇ। ਤੋ ਇਹ ਸ਼ੰਕਾ ਰਾਜੇ ਨੂੰ ਪੈਦਾ ਹੋ ਗਈ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਇਹ ਸ਼ੰਕਾ ਨੂੰ ਕੱਢਣ ਦਾ, ਰਾਜੇ ਦੇ ਮਨ ਨੂੰ ਨਿਰਮਲ ਕਰਨ ਦਾ ਇੱਕ ਜੁਗਤ ਬਣਾਈ। ਕੀ ਜੁਗਤ ਬਣਾਈ? ਕਿ ਸੰਗਤਾਂ ਦੇ ਨਾਲ ਰਾਜਾ ਦੇ ਮਹਿਲ ਦੇ ਵਿੱਚੋਂ ਗੁਰੂ ਸਾਹਿਬ ਨਗਰ ਵੱਲ ਨੂੰ ਆ ਰਹੇ ਸੀ। ਨਗਰ ਦੇ ਵਿੱਚ ਸਤਸੰਗ ਵੀ ਪਿੱਛੇ ਸੀ, ਸੰਗਤ ਬਹੁਤ ਕਾਫੀ ਪਿੱਛੇ ਸੀ, ਰਾਜਾ ਵੀ ਨਾਲ ਸੀ। ਅਤੇ ਕੀ ਦੇਖਦੇ ਆ ਕਿ ਰਸਤੇ ਵਿੱਚ ਆਉਂਦਿਆਂ ਇੱਕ ਕਹਾਣੀ ਜਿਹੜੀ ਹੈ, ਜਿਹੜੀ ਅਸੀਂ ਕੱਚਾ ਲੇਪਣ ਪਿੰਡਾਂ ਦੇ ਵਿੱਚ ਸਾਡੇ ਲੋਕ ਜਿਹੜੇ ਹੈ ਲੇਪਣ ਪਾਉਂਦੇ ਆ ਨਾ ਦੀਵਾਰਾਂ ਦੇ ਉੱਤੇ, ਉਹ ਕਹਾਣੀ ਜਿਹੜੀ ਹੈ ਬਹੁਤ ਸੋਹਣੀ, ਬੜੀ ਮੁਲਾਇਮ ਔਰ ਬੜੀ ਸੋਹਣੇ ਤਰੀਕੇ ਨਾਲ ਬਣਾਈ ਹੋਈ ਜਿਹੜੀ ਸੀ ਨਾ, ਉਹ ਪਈ ਸੀ। ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਘਰ ਦੇ ਕੋਲੇ ਖੜ ਕੇ, ਉਹ ਕਹਾਣੀ ਦੇ ਕੋਲੇ ਖੜ ਕੇ ਨਾ, ਆਪਣਾ ਗਮਛਾ ਜਿਹੜਾ ਸੀ, ਜਿਹਨੂੰ ਅਸੀਂ ਕਮਰ ਕਸਾ ਕਹਿੰਦੇ ਹਾਂ ਜਾਂ ਜਿਸ ਨੂੰ ਅਸੀਂ ਇਹ ਕਹਿ ਲਓ ਕਿ ਪਟਕਾ ਕਹਿੰਦੇ ਹਾਂ, ਆਮ ਅਸੀਂ ਇਸ ਨੂੰ ਭਾਸ਼ਾ ਇਹ ਵਰਤਦੇ ਹਾਂ, ਕਮਰ 'ਤੇ ਕੱਸਿਆ ਜਾਂਦਾ ਜਿਹੜਾ, ਉਸ ਨੂੰ ਕਮਰ ਕੱਸਾ ਕਿਹਾ ਜਾਂਦਾ। ਤੋ ਸਤਸੰਗ ਜੀ ਉਹ ਉਤਾਰ ਕੇ ਉੱਥੇ ਰੱਖ ਦਿੱਤਾ ਔਰ ਆਪ ਜਿਹੜਾ ਹੈ ਨਾ ਉਹ ਕੱਚੀ ਕਹਾਣੀ ਦੀ ਜਿਹੜੀ ਬਣੀ ਹੋਈ ਸੀ ਮਿੱਟੀ, ਉਸ ਨੂੰ ਲੈ ਕੇ ਅਤੇ ਉਸ ਦੀਵਾਰ ਦੇ ਉੱਤੇ ਲੇਪਣ ਹੱਥ ਨਾਲ ਪਾ ਦਿੱਤਾ। ਹੱਥ ਲਿਬੜ ਗਏ, ਹੱਥ ਲਿਬੜ ਗਏ ਅਤੇ ਰਾਜਾ ਫਿਰ ਵੇਖਦਾ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਕੀ ਕਰ ਰਹੇ ਹੈ, ਪਰ ਉਸ ਨੂੰ ਕੋਈ ਸਮਝ ਨਹੀਂ ਆਈ। ਗੁਰੂ ਨਾਨਕ ਦੇਵ ਜੀ ਨੇ ਕੁਛ ਲੇਪਣ ਉੱਥੇ ਪਾਇਆ ਕੀਤਾ, ਉਹ ਸਿਰਫ ਇੱਕ ਵਿਧ ਸੀ। ਲੇਪਣ ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਪਾਉਣਾ ਸੀ, ਉਹ ਸਿਰਫ ਰਾਜੇ ਨੂੰ ਸਮਝਾਉਣ ਦੀ ਇੱਕ ਵਿਧ ਬਣਾਈ ਹੋਈ ਸੀ ਗੁਰੂ ਨਾਨਕ ਦੇਵ ਜੀ ਨੇ। ਤਾਂ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ ਰਾਜਾ ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਪਿੱਛੇ ਪਿੱਛੇ ਸੰਗਤ ਜਿਹੜੀ ਸੀ, ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹੋਏ ਨਗਰ ਤੋਂ ਬਾਹਰ ਵੱਲ ਨੂੰ ਆ ਗਏ ਆ। ਜਦੋਂ ਨਗਰ ਤੋਂ ਬਾਹਰ ਵੱਲ ਆ ਗਏ ਨਾ, ਤੇ ਹੱਥ ਉਸੇ ਤਰ੍ਹਾਂ ਹੀ ਲਿਬੜੇ, ਗੱਲਾਂ ਕਰਦੇ ਆ ਰਹੇ ਆ, ਸਤਸੰਗ ਕਰਦੇ ਆ ਰਹੇ ਆ, ਵਿਚਾਰਾਂ ਕਰਦੇ ਆ ਰਹੇ ਆ ਰਾਜੇ ਦੇ ਨਾਲ, ਰਾਜੇ ਨੂੰ ਸਮਝਾ ਰਹੇ ਆ। ਜਦੋਂ ਬਾਹਰ ਨਗਰ ਤੋਂ ਬਾਹਰ ਪਹੁੰਚੇ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ, ਉਹ ਰਾਜਣ ਹੱਥ ਲਿਬੜੇ ਦੇਖ ਕੇ, ਉਹ ਰਾਜਣ ਕਹਿੰਦੇ ਹਾਂ ਮਹਾਰਾਜ, ਕਹਿੰਦੇ ਭਾਈ ਉਹ ਜਿਹੜਾ ਗਮਛਾ ਜਾਂ ਕਮਰ ਕਸਾ ਜਿਹੜਾ ਆਪਾਂ ਲਾ ਕੇ ਉੱਥੇ ਰੱਖਿਆ ਸੀ ਨਾ, ਉਹ ਤਾਂ ਮੈਂ ਉੱਥੇ ਭੁੱਲ ਆਇਆ, ਅਸੀਂ ਉੱਥੇ ਭੁੱਲ ਆਇਆ ਇਹ ਕਮਰ ਕਸਾ, ਤੂੰ ਕੀ ਕਰ ਹੁਣ ਜਾ ਕੇ ਨਾ ਉਹਨੂੰ ਲੈ ਕੇ ਆ, ਜਲਦੀ ਜਾ ਔਰ ਜਲਦੀ ਲੈ ਕੇ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਸੰਗਤਾਂ ਦੇ ਨਾਲ ਬਾਹਰ ਚਾਲੇ ਪਾ ਰਹੇ ਸੀ। ਹੁਣ ਰਾਜਾ ਗਿਆ, ਜਲਦੀ ਜਲਦੀ ਲਿਆ ਕੇ ਉਹ ਕਮਰ ਕਸਾ ਜਿਹੜਾ ਸੀ ਉਹ ਲਿਆਂਦਾ, ਲੈ ਆਉਂਦਾ ਸੱਚੇ ਪਾਤਸ਼ਾਹ, ਲਓ ਕੀ ਕਰਨਾ ਹੈ। ਔਰ ਗੁਰੂ ਨਾਨਕ ਦੇਵ ਜੀ ਉਵੇਂ ਜੀ ਕਰੀ ਹੱਥ ਲਿਬੜੇ ਹੋਏ, ਉਹ ਕਹਿਣ ਲੱਗੇ ਵੀ ਰਾਜਨ ਗੱਲ ਇਹ ਹੈ ਵੀ ਮੇਰੇ ਤਾਂ ਹੱਥ ਲਿਬੜੇ ਹੋਏ ਹੈ, ਤੂੰ ਆਏ ਕਰ ਇਹ ਜਿਹੜਾ ਹੈ ਨਾ ਕਮਰ ਕਸਾ ਮੇਰੀ ਲੱਕ ਦੇ ਉੱਤੇ ਬੰਨ ਦੇ, ਕਮਰ ਦੇ ਉੱਤੇ ਬੰਨ ਦੇ। ਹੁਣ ਜਦ ਰਾਜੇ ਨੇ ਉਹ ਕਮਰ ਕਸਾ ਜਿਹੜਾ ਸੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲੱਕ ਦੇ ਉੱਤੇ ਬੰਨਣਾ ਚਾਹਿਆ ਤਾਂ ਰਾਜਾ ਕੀ ਦੇਖਦਾ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਰਾਜੇ ਨੇ ਜਦੋਂ ਉਹ ਕਮਰ ਕਸਾ ਗੁਰੂ ਨਾਨਕ ਦੇਵ ਜੀ ਦੇ ਲੱਕ ਦੇ ਉੱਤੋਂ ਦੀ ਲਪੇਟਿਆ ਔਰ ਗੰਢ ਦੇਣ ਲੱਗਿਆ, ਔਰ ਜਦੋਂ ਗੰਢ ਦੇਣ ਲੱਗਿਆ ਨਾ ਤਾਂ ਉਹ ਕੀ ਦੇਖਦਾ ਹੈ ਕਿ ਕਮਰ ਕਸਾ ਜਿਹੜਾ ਹੈ ਸਰੀਰ ਦੇ ਵਿੱਚੋਂ ਦੀ, ਜਿਵੇਂ ਕੋਈ ਇਹ ਸਮਝ ਲਓ ਕਿ ਦੋ ਹਿੱਸੇ ਹੁੰਦੇ ਆ ਸਰੀਰ ਦੇ, ਅਤੇ ਇਸ ਤਰ੍ਹਾਂ ਵਿੱਚੋਂ ਦੀ ਆ ਕੇ ਤੇ ਬਾਹਰ ਨਿਕਲ ਗਿਆ ਔਰ ਗੰਢ ਨਹੀਂ ਦਿੱਤੀ ਗਈ। ਰਾਜਾ ਹੈਰਾਨ ਹੋ ਗਿਆ, ਹੈ ਹੈ ਇਹ ਕੀ ਗੱਲ ਹੋ ਗਈ। ਫਿਰ ਇੱਕਦਮ ਪਰਮਾਤਮਾ ਦੀ ਕਿਰਪਾ ਦੁਆਰਾ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਦੀ ਬਖਸ਼ ਦੁਆਰਾ ਉਸ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ, ਉਹ ਭਲਿਆ ਲੋਕਾਂ, ਤੂੰ ਕਹਿੰਦਾ ਸੀਗਾ ਪਰਮਾਤਮਾ ਜਿਹੜਾ ਹੈ ਉਹ ਜੋਤ ਸਰੂਪ ਹੁੰਦਾ ਅਤੇ ਗੁਰੂ ਨਾਨਕ ਜਿਹੜਾ ਹੈ ਉਹ ਜੋਤ ਸਰੂਪ ਹੈ, ਅਤੇ ਇਹ ਜਿਹੜਾ ਕਮਰ ਕੱਸਾ ਹੈ ਇਸੇ ਕਰਕੇ ਕਿਉਂਕਿ ਸਰੀਰ ਜਿਹੜਾ ਗੁਰੂ ਨਾਨਕ ਦਾ ਜੋਤ ਸਰੂਪ ਸੀ, ਔਰ ਉਹ ਜੋਤ ਸਰੂਪ ਜਿਵੇਂ ਪਾਣੀ ਦੇ ਵਿੱਚ ਅਸੀਂ ਕੋਈ ਚੀਜ਼ ਮਾਰ ਗਏ ਨਾ ਅਤੇ ਉਹ ਦੋ ਭਾਗ ਹੋ ਜਾਂਦੀ ਹੈ, ਜਿਵੇਂ ਅਸੀਂ ਅਗਨੀ ਬਲਦੀ ਹੋਵੇ, ਕੋਈ ਜੋਤ ਬਲਦੀ ਹੋਵੇ ਅਤੇ ਉਹਦੇ ਵਿੱਚ ਦੀ ਕੋਈ ਅਸੀਂ ਚੀਜ਼ ਟਪਾਈਏ,
कोई लोहे दी होवे जां कोई कपड़ा भी होवे जां कोई रस्सी होवे ते उस नूं कुछ नहीं हुंदा, उह जोत दे विच्चों बाहर आ जांदी है। इसे तरह ही वह राजे नूं समझ आई, वह भलिया लोका ਇਹ ਗੁਰੂ ਨਾਨਕ ਜਿਹੜਾ ਹੈ ਜੋਤ ਸਰੂਪ ਹੈ, ਵਾਸਤਵ ਦੇ ਵਿੱਚ ਹੀ ਨਿਰੰਕਾਰ ਸਰੂਪ ਹੈ, ਪਰਮਾਤਮਾ ਸਰੂਪ ਹੈ, ਨਾਰਾਇਣ ਸਰੂਪ ਹੈ, ਇਹ ਵਾਹਿਗੁਰੂ ਸਰੂਪ ਹੈ। ਇਸ ਤਰ੍ਹਾਂ ਦੇ ਨਾਲ ਜਦ ਰਾਜੇ ਨੂੰ ਇਹ ਗੱਲ ਦੀ ਸਮਝ ਆਈ ਤਾਂ ਉਸਦੇ ਮਨ ਦੀ ਜਿਹੜੀ ਸ਼ੰਕਾ ਸੀ ਨਾ, ਉਸ ਦੀ ਨਿਵਿਰਤੀ ਹੋ ਗਈ ਔਰ ਗੁਰੂ ਸਾਹਿਬ ਦੇ ਚਰਨਾਂ 'ਤੇ ਟਹਿ ਪਿਆ। ਸੱਚੇ ਪਾਤਸ਼ਾਹ, ਮੈਨੂੰ ਇਹ ਸ਼ੰਕਾ ਸੀ ਕਿ ਸ਼ਾਇਦ ਗੁਰੂ ਨਾਨਕ ਜਿਹੜਾ ਇਹ ਹੱਡ ਮਾਸ ਦਾ, ਚੰਮ ਦਾ, ਇੰਦਰੀਆਂ ਦਾ, ਇਹ ਲਹੂ ਮਿੱਝ ਦਾ ਇਹ ਪੁਤਲਾ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਸਰੂਪ ਹੈ, ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ। ਇਸ ਕਰਕੇ ਜਦੋਂ ਇਹ ਗੱਲ ਦੀ ਉਸ ਨੂੰ ਪਤਾ ਲੱਗਿਆ ਤਾਂ ਚਰਨਾਂ 'ਤੇ ਢਹਿ ਪਿਆ ਔਰ ਮਾਫ਼ੀ ਮੰਗੀ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈਣਾ, ਕਿਰਪਾ ਕਰੋ ਮੇਰੇ 'ਤੇ, ਕਿਰਪਾ ਕਰੋ, ਮੈਂ ਔਗਣ ਹਾਰਾ, ਮੈਂ ਭੁੱਲਣ ਹਾਰਾ, ਆਪ ਦਾ ਸੇਵਕ ਹਾਂ ਸੱਚੇ ਪਾਤਸ਼ਾਹ, ਆਪ ਗਿਆਨ ਪ੍ਰਕਾਸ਼ ਬਖਸ਼ੋ, ਕਿਰਪਾ ਕਰੋ ਸੱਚੇ ਪਾਤਸ਼ਾਹ। ਇਸ ਤਰ੍ਹਾਂ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਉਸ ਹੋਸ਼ੰਗਾਬਾਦ ਦੇ ਰਾਜੇ ਦੀ ਜਿਹੜੀ ਸ਼ੰਕਾ ਸੀ ਉਸ ਦੀ ਨਿਵਿਰਤੀ ਕਰ ਦਿੱਤੀ ਔਰ ਆਮ ਸੰਗਤਾਂ ਨੇ ਵੀ ਦੇਖਿਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤ ਸਰੂਪ ਸਰੀਰ ਸੀ। ਤੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਅਸੀਂ ਜਿਹੜਾ ਹੈ ਜਦੋਂ ਵੀ ਕਿਤੇ ਕੋਈ ਵਿਚ ਇਹ ਵਿਦਵਾਨ ਲੋਕ ਜਿਹੜੇ ਵਿਸਮਾਦ ਰੂਪ ਨੂੰ ਜਾਣਦੇ ਆ, ਗੁਰਮੁਖ ਲੋਕ, ਉਹ ਜਦੋਂ ਇਹ ਕਹਿੰਦੇ ਹੈ ਨਾ ਕਿ ਗੁਰੂ ਨਾਨਕ ਦਾ ਜਨਮ ਨਹੀਂ ਹੋਇਆ, ਜਨਮ ਦਿਹਾੜਾ ਨਹੀਂ ਭਾਈ ਗੁਰਮੁਖੋ, ਇਹ ਪ੍ਰਕਾਸ਼ ਦਿਵਸ ਹੈ, ਪ੍ਰਕਾਸ਼ ਆਗਮਨ ਦਾ ਪ੍ਰਕਾਸ਼ ਦਿਵਸ ਹੈ, ਪ੍ਰਗਟ ਹੋਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ। ਔਰ ਇਸੇ ਗੱਲ ਨੂੰ ਇਹ ਵਾਰ ਵਾਰ ਫਿਰ ਮੈਂ ਕਹਿ ਰਿਹਾ ਕਿ ਗੁਰਦਾਸ ਜੀ ਨੇ ਇਹੀ ਗੱਲ ਕਹੀ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਘਰ ਸੂਰਜ ਨਿਕਲਿਆ ਤਾਰੇ ਛਪੇ ਅਧੇਰ ਪਲੋਆ। ਉਹਦੇ ਦੋ ਕਾਰਨ ਸੀ ਕਿ ਸੰਸਾਰ ਦੇ ਵਿੱਚ ਜੋ ਅਗਿਆਨਤਾ ਦਾ ਅੰਧੇਰਾ ਸੀ ਉਹ ਵੀ ਗੁਰੂ ਨਾਨਕ ਨੇ ਦੂਰ ਕੀਤਾ, ਔਰ ਸੰਸਾਰ ਦੇ ਵਿੱਚ ਜਿਹੜਾ ਅੰਧੇਰਾ ਸੀ ਉਹ ਤਾਂ ਦੂਰ ਕੀਤਾ ਹੀ ਕੀਤਾ, ਜਿਹੜਾ ਸਾਡੇ ਮਨਾਂ ਦੇ ਵਿੱਚ, ਜਿਹੜਾ ਸਾਡਾ ਸੁਰਤੀਆਂ ਦੇ ਵਿੱਚ, ਜਿਹੜਾ ਸਾਡਾ ਗਿਆਨ ਦੇ ਵਿੱਚ ਜਿਹੜਾ ਅੰਧੇਰਾ ਸੀ ਉਸ ਨੂੰ ਵੀ ਗਿਆਨ ਪ੍ਰਕਾਸ਼ ਦੇ ਕੇ ਉੱਜਲ ਕਰ ਦਿੱਤਾ ਔਰ ਉਹਨਾਂ ਗੁਰਮੁਖਾਂ ਦੇ ਮੁੱਖ ਜਿਹੜੇ ਹੈ ਉੱਜਲ ਹੋ ਗਏ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿਮਰਨ ਕੀਤਾ, ਜਿੰਨੀ ਨਾਮ ਧਿਆਇਆ ਗਏ ਮੁਸੱਕਤ ਘਾਲ, ਨਾਨਕ ਤੇ ਮੁੱਖ ਉੱਜਲੇ ਕੇਤੀ ਛੁੱਟੀ ਨਾਲ। ਇਸ ਤਰ੍ਹਾਂ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਆਪ ਤਾਂ ਪ੍ਰਕਾਸ਼ ਸਰੂਪ ਸੀ ਹੀ ਸੀ, ਜਿਨ੍ਹਾਂ ਨੇ ਗੁਰੂ ਨਾਨਕ ਦਾ ਨਾਮ ਲੈ ਕੇ, ਗੁਰੂ ਨਾਨਕ ਤੋਂ ਵਿਧੀ ਲੈ ਕੇ ਨਾਮ ਨੂੰ, ਪਰਮਾਤਮਾ ਦੇ ਨਾਮ ਨੂੰ ਸਿਮਰਨ ਕੀਤਾ, ਉਹਨਾਂ ਦੇ ਮੁੱਖ ਵੀ ਉੱਜਲ ਹੋ ਗਏ, ਉਹ ਵੀ ਪ੍ਰਕਾਸ਼ ਰੂਪ ਹੋ ਗਏ ਔਰ ਪ੍ਰਕਾਸ਼ ਰੂਪ ਜਾ ਕੇ ਪਰਮਾਤਮਾ ਰੂਪ ਪ੍ਰਕਾਸ਼ ਦੇ ਵਿੱਚ, ਜੋਤ ਦੇ ਵਿੱਚ ਜੋਤ ਮਿਲ ਗਈ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦਾ, ਰੂਹਾਂ ਦਾ ਵੀ ਕਲਿਆਣ ਹੋ ਗਿਆ ਔਰ ਉਹਨਾਂ ਦੇ ਨਾਲ ਉਹਨਾਂ ਦੀ ਸ਼ਰਨ ਦੇ ਵਿੱਚ ਰਹਿ ਕੇ ਅਨੇਕਾਂ ਲੋਕ ਹੀ ਇਸ ਤਰ੍ਹਾਂ ਜਦ ਨਾਮ ਸਿਮਰਨ ਕਰਕੇ ਪਰਮਾਤਮਾ ਦਾ ਔਰ ਸਿਮਰਨ ਕਰਦੇ ਰਹੇ, ਉਹਨਾਂ ਦੇ ਵੀ ਕਲਿਆਣ ਦੀ ਇਹ ਵਿਧੀ ਜਿਹੜੀ ਹੈ ਉਹਨਾਂ ਦੇ ਕੰਮ ਆਈ ਔਰ ਉਹਨਾਂ ਦਾ ਮੁੱਖ ਉੱਜਲ ਹੋ ਗਿਆ, ਉਹਨਾਂ ਨੂੰ ਸੰਸਾਰ ਦੇ ਵਿੱਚ ਆਵਾਗਮਨ ਕੱਟਿਆ ਗਿਆ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪਰਮਾਤਮਾ ਨਾਲ ਸ਼ਾਂਤਮਈ ਸ਼ੀਤਲਤਾ ਵਾਲਾ ਬੀਤਿਆ, ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿ ਕੇ ਜੀਵਨ ਬੀਤਿਆ ਔਰ ਜਦੋਂ ਜੋਤ ਦੇ ਵਿੱਚ ਜੋਤ ਅਭੇਦ ਹੋਈ ਉਦੋਂ ਬਾਅਦ ਉਹਨਾਂ ਦਾ ਆਵਾਗਮਨ ਜਿਹੜਾ ਹੈ ਉਹ ਕੱਟਿਆ ਗਿਆ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਆਪ ਜੀ ਨੂੰ ਇਹ ਕਹਿੰਦੇ ਹਾਂ, ਭਾਈ ਗੁਰਮੁਖ ਪਿਆਰਿਓ, ਇਹ ਪਰਮਾਤਮਾ ਦੀਆਂ ਖੇਡਾਂ ਜਿਹੜੀਆਂ ਹੈ, ਪਰਮਾਤਮਾ ਦੇ ਦੇਸ਼ ਦੀਆਂ ਗੱਲਾਂ ਜਿਹੜੀਆਂ ਹੈ, ਵਿਸਮਾਦ ਰੂਪ ਹੈ, ਇਹਨਾਂ ਨੂੰ ਸੱਚ ਕਰਕੇ, ਜੇ ਕੋਈ ਗੁਰਮੁਖ ਪਿਆਰੇ ਤੁਹਾਨੂੰ ਇਹ ਗੱਲਾਂ ਕਹਿੰਦੇ ਆ ਤਾਂ ਇਹਨਾਂ ਨੂੰ ਸੱਚ ਕਰਕੇ ਜਾਣਿਆ ਕਰੋ। ਜੇ ਤੁਸੀਂ ਇਸ ਵਿਚਾਰ ਨੂੰ, ਇਹਨਾਂ ਗੁਰਬਾਣੀ ਦੀਆਂ ਵਿਚਾਰਾਂ ਨੂੰ, ਸਤਸੰਗ ਨੂੰ ਸੱਚ ਕਰਕੇ ਜਾਣੋਗੇ ਨਾ, ਤਾਂ ਫਿਰ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਇਹ ਦਾਸ ਦੀ ਵਿਚਾਰਧਾਰਾ ਹੈ। ਤੋ ਸਾਧ ਸੰਗਤ ਜੀ, ਇੰਨੀ ਬੇਨਤੀ ਕਰਦੇ ਹਾਂ ਕਿ ਗੁਰਮੁਖ ਪਿਆਰਿਓ, ਹਮੇਸ਼ਾ ਗੁਰੂ ਸਾਹਿਬ ਦੀ ਸ਼ਰਨ ਹੋ ਕੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਹੋ ਕੇ, ਸਾਹਿਬ ਸ਼੍ਰੀ ਗੁਰੂ ਨਾਨਕ ਹੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਨਾਨਕ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਨਾਨਕ ਦੀ ਬਾਣੀ ਹੀ ਗੁਰੂ ਨਾਨਕ ਹੈ। ਜਦੋਂ ਅਸੀਂ ਗੁਰੂ ਨਾਨਕ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਵਾਂਗੇ ਨਾ, ਤਾਂ ਉਦੋਂ ਸਾਡੇ ਉੱਤੇ ਕਿਰਪਾ ਹੋਏਗੀ ਕਿ ਸਾਨੂੰ ਵੀ ਇਹ ਵਿਸਮਾਦ ਰੂਪ ਜਿਹੜਾ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ, ਗੁਰੂ ਦੀ ਕਿਰਪਾ ਨਾਲ ਇਹ ਵਿਸਮਾਦ ਰੂਪ ਦਾ ਭੇਦ ਜਿਹੜਾ ਹੈ ਗੁਰੂ ਆਪ ਹੀ ਸਾਨੂੰ ਦੱਸੇਗਾ। ਜਿਸਨੋ ਤੂੰ ਜਨਾਇ ਹੈ ਸੋਈ ਜਨ ਜਾਣੈ, ਹਰ ਗੁਣ ਸਾਧੀ ਆਖ ਖਾਣੇ, ਜਿਨ ਸੇਵਿਆ ਤਿਨ ਸੁਖ ਪਾਇਆ।
ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਭਾਈ ਉਹ ਗੁਣਾਂ ਦਾ ਨਿਧਾਨ ਜਿਹੜਾ ਪਰਮ ਪਿਤਾ ਪਰਮਾਤਮਾ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਉਸ ਦਾ ਨਾਮ ਸਿਮਰਨ ਕਰਕੇ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਕਰ ਸਕਦੇ ਹੋ, ਉਹਦੇ ਗੁੱਝੇ ਭੇਦਾਂ ਨੂੰ ਜਾਣ ਸਕਦੇ ਹੋ। ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾਂ ਦੇ ਜਾਚਕਾਂ ਭੁੱਲਾਂ ਚੁੱਕਾਂ ਲਈ ਸ਼ਮਾਂ ਦੀ ਜਾਚਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਹਾਂ। ਸਤਿਗੁਰੂ ਨੂੰ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਹੋਰ ਪਰਮ ਹੰਸ ਵਿਵੇਕ ਬੁੱਧ ਬਖਸ਼ ਕੇ ਸੇਵਕ ਨੂੰ ਆਪਣਾ ਬਣਾ ਲਓ, ਸੇਵਕ ਨੂੰ ਗਿਆਨ ਪ੍ਰਕਾਸ਼ ਬਖਸ਼ੋ। ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾਂ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।